ਬਠਿੰਡਾ ਦੇ ਪਿੰਡ ਜੋਧਪੁਰ ਰਮਾਣਾ ਤੋਂ ਦਿੱਲੀ ਸੰਘਰਸ਼ ਲਈ ਰਾਸ਼ਨ ਲੈ ਕੇ ਰਵਾਨਾ ਹੋਏ ਕਿਸਾਨ। ਕਿਸਾਨ ਆਗੂਆਂ ਨੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਜੋ ਕਾਨੂੰਨ ਪਾਸ ਕੀਤੇ ਹਨ ਉਹ ਕਾਨੂੰਨ ਨਹੀਂ ਹਨ, ਉਹ ਸਾਡੇ ਮੌਤ ਦੇ ਵਾਰੰਟ ਨੇ ਹਨ, ਅਤੇ ਜਿੰਨਾ ਚਿਰ ਵੀ ਇਹ ਸਾਨੂੰ ਸੰਘਰਸ਼ ਲੰਬਾ ਚਲਾਉਣਾ ਪਿਆ ਅਸੀਂ ਉਨਾ ਚਿਰ ਇਸ ਸੰਘਰਸ਼ ਨੂੰ ਲੰਬਾ ਲੈ ਕੇ ਜਾਵਾਂਗੇ, ਭਾਵੇਂ ਸਾਨੂੰ 2024 ਤੱਕ ਇਹ ਸੰਘਰਸ਼ ਕਰਨਾ ਪਵੇ, ਪਰ ਇਹ ਕਾਲੇ ਕਾਨੂੰਨ ਵਾਪਸ ਕਰਕੇ ਹੀ ਅਸੀਂ ਵਾਪਸ ਆਵਾਂਗੇ। ਹਾਂਜੀ, ਇਹ ਜਿਹੜਾ ਮਤਲਬ ਮੂਵਮੈਂਟ ਆ ਜਿਹੜੀ ਉਹ ਕਿਸਾਨ ਯੂਨੀਅਨ ਜਾਂ ਮਤਲਬ ਲੋਕ ਜਿਹੜੇ ਨੇ 2-3 ਮਹੀਨੇ ਤੋਂ ਬਣਾ ਰਹੇ ਸੀਗੇ, ਤਾਂ ਪਹਿਲਾਂ ਜਿਹੜਾ ਪਾਰਟੀਸਪੇਸ਼ਨ ਸੀਗਾ ਉਹ ਬਜ਼ੁਰਗਾਂ ਦਾ ਜ਼ਿਆਦਾ ਸੀਗਾ, ਪਰ ਜਦੋਂ ਇਹ ਕਾਨੂੰਨਾਂ ਬਾਰੇ ਪਤਾ ਲੱਗਿਆ ਵੀ ਇਹ ਤਾਂ ਲੋਕਾਂ ਦੀ ਮੌਤ ਦੇ ਵਾਰੰਟ ਨੇ ਕਾਨੂੰਨ, ਇਹ ਇਕੱਲੇ ਕਾਨੂੰਨ ਕੋਈ ਕਿਸਾਨੀ ਦੇ ਖਿਲਾਫ਼ ਨਹੀਂ ਹੈਗੇ, ਇਹ ਕਸੂਨ ਹਰੇਕ ਵਰਗ ਦੇ ਖਿਲਾਫ਼ ਨੇ, ਕਿਉਂਕਿ ਜੇਕਰ ਅਸੀਂ ਐਸੈਂਸ਼ੀਅਲ ਕਮੋਡਿਟੀ ਐਕਟ ਦੀ ਗੱਲ ਕਰੀਏ ਤਾਂ ਜਿਹੜੇ ਗੰਡੇ ਪਿਆਜ਼ ਜਾਂ ਅਸੀਂ ਜਿਹੜੇ ਆਲੂ ਵਗੈਰਾ ਅਸੀਂ ਰੋਜ਼ ਦੀ ਲਾਈਫ ਦੇ ਵਿੱਚ ਖਾਂਦੇ ਹੈਗੇ, ਇਹ ਚੀਜ਼ਾਂ ਵੀ ਇਹਨਾਂ ਨੇ ਹੁਣ ਸਟੋਕ ਤੋਂ ਲਿਮਿਟ 'ਚੋਂ ਬਾਹਰ ਕਰਤੀਆਂ, ਮਤਲਬ ਵੀ ਤੁਸੀਂ ਕਿੰਨਾ ਹੀ ਸਟੋਕ ਇਹਦਾ ਰੱਖ ਸਕਦੇ ਹੋ। ਬਾਕੀ ਜਿਹੜਾ ਇਲੈਕਟ੍ਰਿਸਿਟੀ ਵਾਲਾ ਬਿਜਲੀ ਵਾਲਾ ਐਕਟ ਆ ਰਿਹਾ ਗਾ ਉਹਦੇ ਵਿੱਚ ਮਤਲਬ ਜਿਹੜੀ ਸਬਸਿਡੀਆਂ ਸੀਗੀਆਂ ਸਾਡੀਆਂ ਉਹ ਖਤਮ ਕਰ ਰਹੀਆਂ ਨੇ, ਭਾਰਤ ਸਰਕਾਰ ਕਿਸਾਨਾਂ ਦੀ ਲਗਾਤਾਰ ਸਬਸਿਡੀ ਖਤਮ ਕਰ ਰਹੀ ਹੈਗੀ, ਅਤੇ ਅਸੀਂ ਜੇ ਪੂਰੇ ਵਰਲਡ ਦੇ ਵਿੱਚ ਦੇਖੀਏ ਤਾਂ ਐਵੇਂ ਦਾ ਕੋਈ ਕੰਟਰੀ ਨਹੀਂ ਹੈਗਾ ਜਿੱਥੇ ਕਿਸਾਨਾਂ ਨੂੰ ਸਬਸਿਡੀਆਂ ਨਾ ਮਿਲਦੀਆਂ ਹੋਣ, ਅਤੇ ਫਿਰ ਇਹ ਸਾਡੇ ਤੋਂ ਕਿਸਾਨਾਂ ਦੇ ਉੱਤੋਂ ਇਹ ਅਧਿਕਾਰ ਕਾਹਤੋਂ ਹੋਇਆ ਜਾ ਰਿਹਾ, ਜਦੋਂ ਤੁਸੀਂ ਪੂੰਜੀਪਤੀਆਂ ਦੇ 1,59,000 ਕਰੋੜ ਰੁਪਏ ਮਾਫ਼ ਕਰ ਰਹੇ ਹੋ ਅਤੇ ਕਿਸਾਨਾਂ ਲਈ ਇਹ ਸਬਸਿਡੀ ਕੁਛ ਵੀ ਨਹੀਂ ਹੈਗੀ ਗੀ। ਜੇ ਤੁਸੀਂ ਦੇਖੋ ਵੀ ਹੁਣ NPA ਜਿਹੜਾ ਉਹ ਆ ਉਹਦੇ ਵਿੱਚ ਸਰਕਾਰ ਨੇ ਬਹੁਤ ਜ਼ਿਆਦਾ ਪੈਸਾ ਪੂੰਜੀਪਤੀਆਂ ਦਾ ਮਾਫ਼ ਕਰਤਾ, ਤਾਂ ਕਰਕੇ ਕਿਸਾਨੀ ਨੂੰ ਵੀ ਜਿਹੜੀਆਂ ਸਬਸਿਡੀਆਂ ਨੇ ਉਹ ਚੱਲਦੀਆਂ ਰੱਖਣੀਆਂ ਚਾਹੀਦੀਆਂ ਨੇ, ਅਤੇ ਇਹ ਕਿਸਾਨੀ ਨੂੰ ਸਬਸਿਡੀਆਂ ਖਤਮ ਕਰਨ ਦੀ ਹੀ ਲੜਾਈ ਹੈਗੀ ਜਿਹੜੀ ਕਿ ਲੜ ਰਹੇ ਹਾਂ, ਅਤੇ ਹਰੇਕ ਵਰਗ ਦੀ ਲੜਾਈ ਹੈਗੀ, ਇਹਨੂੰ ਇਕੱਲੇ ਕਿਸਾਨਾਂ ਤੱਕ ਨਾ ਸੀਮਿਤ ਕੀਤਾ ਜਾਵੇ, ਇਹਦੇ ਵਿੱਚ ਬਾਣੀਏ, ਇਹਦੇ ਵਿੱਚ ਜਿਹੜੇ ਆੜ੍ਹਤੀਏ ਨੇ ਸਾਡੇ, ਇਹਦੇ ਵਿੱਚ ਮਜ਼ਦੂਰ ਨੇ ਸਾਡੇ, ਜਾਂ ਆਮ ਪਿੰਡਾਂ ਵਾਲਾ ਸ਼ਹਿਰਾਂ ਵਾਲਾ ਵਰਗ ਹੈਗਾ, ਉਹ ਜੇ ਅਸੀਂ ਜੇਕਰ 20-25 ਸਾਲ ਪਹਿਲਾਂ ਇਹ ਗੱਲ ਕਰਦੇ ਹੁੰਦੇ ਸੀ ਨਾ ਵੀ ਜਿਹੜਾ ਪਾਣੀ ਹੈਗਾ ਵੀ ਪਾਣੀ ਵਿਕਿਆ ਕਰੂ, ਤਾਂ ਲੋਕ ਹੱਸਦੇ ਹੁੰਦੇ ਸੀ, ਅੱਜ ਅਸੀਂ 20 ਰੁਪਏ ਦੀ ਬੋਤਲ ਖਰੀਦ ਰਹੇ ਹਾਂ ਪਾਣੀ ਦੀ, ਤਾਂ ਇਸ ਤਰੀਕੇ ਨਾਲ ਵੀ ਇਹਨਾਂ ਨੇ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਇੰਨੀਆਂ ਜ਼ਿਆਦਾ ਮਹਿੰਗੀਆਂ ਕਰ ਦੇਣੀਆਂ ਨੇ ਵੀ ਆਮ ਲੋਕਾਂ ਦੀ ਉਹ ਪਹੁੰਚ ਦੇ ਵਿੱਚ ਨਹੀਂ ਰਹਿਣੀਆਂ ਹੈਗੀਆਂ, ਇਸ ਕਰਕੇ ਇਹ ਸਾਡੀ ਹੋਂਦ ਦੀ ਲੜਾਈ ਹੈ, ਸਾਡੀ ਇਹ ਲਾਈਫ ਦੀ ਲੜਾਈ ਹੈਗੀ ਜਿਹੜੀ ਅਸੀਂ ਲੜ ਰਹੇ ਹਾਂ। ਤਿਆਰੀ ਸਾਡੇ ਕੋਲ ਬਹੁਤ ਆ, ਜਿਵੇਂ ਜਿਹੜੇ ਉੱਥੇ ਲੋਕ ਪਹੁੰਚ ਰਹੇ ਨੇ ਉੱਥੇ ਘੱਟੋ ਘੱਟ 10-11 ਲੱਖ ਲੋਕ ਜਿਹੜੇ ਸਿੱਧੇ ਜੁੜੇ ਹੋਏ ਨੇ, ਅਤੇ ਘੱਟੋ ਘੱਟ 3-4 ਕਰੋੜ ਬੰਦਾ ਜਿਹੜਾ ਪੰਜਾਬ ਦਾ ਵਸਨੀਕ ਨੇੜੇ 2-2.5 ਕਰੋੜ ਉਹ ਸਾਰਾ ਬੱਚੇ ਤੋਂ ਬੱਚਾ ਬਜ਼ੁਰਗ ਤੋਂ ਬਜ਼ੁਰਗ ਉੱਥੇ ਜੁੜਿਆ ਹੋਇਆਗਾ, ਉਹਦੇ ਵਿੱਚ ਹਰਿਆਣਾ ਗਾ MP ਤੋਂ ਕਿਸਾਨ ਚੱਲੇ ਹੋਏ ਨੇ, ਉਹਦੇ ਵਿੱਚ ਜੇ ਅਸੀਂ ਲਾਈਏ ਰਾਜਸਥਾਨ ਤੋਂ ਕਿਸਾਨ ਆ ਰਹੇ ਨੇ, ਤਾਂ ਹਰੇਕ ਪਾਸੋਂ ਜਿਹੜੀ ਆ ਪ੍ਰੈਸ਼ਰ ਆ ਉਹ ਵੱਧ ਰਿਹਾ, ਇਸ ਕਰਕੇ ਹੀ ਜੇਕਰ ਇੰਨੇ ਲੋਕ ਜੁੜੇ ਨੇ ਤਾਂ ਕਰਕੇ ਜਿਹੜੀ ਮੋਦੀ ਸਰਕਾਰ ਉਹ ਗੱਲ ਕਰਨ ਨੂੰ ਤਿਆਰ ਹੋਈ ਆ, ਨਹੀਂ ਇਹਨਾਂ ਨੇ ਅੱਜ ਤੱਕ ਕਿਸੇ ਵੀ ਵਰਗ ਨਾਲ ਜਿਹੜੀ ਹੈਗੀ ਉਹ ਗੱਲ ਤੱਕ ਨਹੀਂ ਕੀਤੀ ਹੈਗੀ, ਇਹੀ ਕਾਰਨ ਹੈਗਾ ਇਹ ਸਾਡੀ ਜਿੱਤ ਹੈਗੀ ਪਹਿਲਾਂ, ਵੀ ਜਿਹੜੇ 'ਚ ਉਹ ਕਹਿ ਰਹੇ ਵੀ ਅਸੀਂ MSP ਤੁਹਾਨੂੰ ਲੀਗਲ ਰਾਈਟ ਦੇਣ ਨੂੰ ਤਿਆਰ ਹੈਗੇ, ਤਾਂ ਜਿਹੜੀ ਅਸੀਂ ਲੜਾਈ ਹੈਗੀ ਉਹ ਅਸੀਂ ਜਿੱਤ ਚੁੱਕੇ ਹਾਂਗੇ, ਬਿੱਲ ਪਾਸ ਹੋਣਾ ਨਾ ਹੋਣਾ ਇਹ ਕੋਈ ਮਤਲਬ ਨਹੀਂ ਹੈਗਾ, ਅਸੀਂ ਲੜਾਈ ਜਿੱਤ ਚੁੱਕੇ ਹਾਂਗੇ, ਕਿਉਂਕਿ ਅਸੀਂ ਸਾਰੇ ਪੰਜਾਬ ਨੂੰ ਇਕੱਠਾ ਕਰ ਲਿਆ, ਜਿਹੜਾ ਪੰਜਾਬ ਕਹਿੰਦੇ ਸੀਗਾ ਵੀ ਇਹ ਉੜਦਾ ਪੰਜਾਬ ਹੈਗਾ ਉਹ ਪੰਜਾਬ ਨੇ ਦਿਖਾਤਾ ਵੀ ਇਹ ਉੜਦਾ ਪੰਜਾਬ ਨਹੀਂ ਹੈਗਾ ਗਾ, ਇਹ ਪੰਜਾਬ ਉਹੀ ਪੰਜਾਬ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਪੰਜਾਬ ਹੈ, ਇਹ ਗੁਰੂ ਨਾਨਕ ਦੇਵ ਜੀ ਦਾ ਪੰਜਾਬ ਹੈਗਾ, ਇਹ ਉੜਦਾ ਪੰਜਾਬ ਨਹੀਂ ਹੈਗਾ। ਭਾਵਨਾ ਜਿਹੜੇ 3 ਕਾਨੂੰਨ ਪਾਸ ਕੀਤੇ ਨੇਗੇ ਕਾਲੇ ਕਾਨੂੰਨ ਹੈ ਸਾਡੇ ਵਾਸਤੇ, ਉਹ ਮੌਤ ਦੇ ਵਾਰੰਟ ਨੇ, ਅਸੀਂ ਉਹਨਾਂ ਦੀ ਲੜਾਈ ਦੇ ਵਿੱਚ ਲਗਾਤਾਰ ਜਾਂਦੇ ਰਹੇ ਹਾਂ ਅਤੇ ਜਾਂਦੇ ਰਹਾਂਗੇ, ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਅਸੀਂ ਇਹ ਧਰਨਾ ਬੰਦ ਨਹੀਂ ਕਰਨਾ। ਅੱਛਾ, ਕੀ ਕੁਛ ਸਮਾਨ ਕੀ ਕੁਛ ਲੈ ਕੇ ਜਾ ਰਹੇ ਹੋ? ਅਸੀਂ ਬਿਸਤਰੇ ਲੈ ਕੇ ਜਾ ਰਹੇ ਹਾਂ ਜੀ, ਅਸੀਂ ਟਰਾਲੀਆਂ ਦੇ ਵਿੱਚ ਘੱਟੋ ਘੱਟ 40-50 ਨੌਜਵਾਨ ਜਾ ਰਹੇ ਨੇ ਸਾਡੇ ਨਾਲ, ਅਤੇ ਅਸੀਂ ਖਾਣ ਪੀਣ ਦਾ ਬਹੁਤ ਸਾਰਾ ਸਮਾਨ ਆ ਜਿਹੜਾ ਉੱਥੇ ਵੰਡਣ ਵਾਸਤੇ ਲਿਜਾ ਰਹੇ ਹਾਂ, ਲੱਕੜਾਂ ਦੀ ਟਰਾਲੀ ਲਿਜਾ ਰਹੇ ਹਾਂ, ਅਤੇ ਹੋਰ ਵੀ ਜੇ ਉਹ ਸੇਵਾ ਸਾਡੇ ਨੌਜਵਾਨਾਂ ਤੋਂ ਉੱਥੇ ਹੋਊਗੀ ਅਸੀਂ ਉਹ ਕਰਾਂਗੇ। ਅਤੇ ਕੀ ਲੱਗਦਾ ਤੁਹਾਨੂੰ ਕਾਨੂੰਨ ਜਿਹੜੇ ਹੈਗੇ ਵਾਪਸ ਹੋਣਗੇ? ਸ਼ੋਰ ਸ਼ਾਟ ਹੋਣਗੇ ਜੀ, ਪੱਕਾ ਹੋਣਗੇ, ਨਾਂ ਵਾਲੀ ਗੱਲ ਕੋਈ ਨਹੀਂ। ਅਸੀਂ ਇਸ ਅੰਦੋਲਨ ਨੂੰ ਇੰਨਾ ਲੰਮਾ ਖਿੱਚ ਦਿਆਂਗੇ ਕਿ ਮੋਦੀ ਨੂੰ ਅਸੀਂ ਜਦੋਂ ਤੱਕ ਅਪੋਜੀਸ਼ਨ 'ਚ ਨਹੀਂ ਬਹਾਉਂਦੇ ਉਦੋਂ ਤੱਕ ਅਸੀਂ ਇਹ ਅੰਦੋਲਨ ਬੰਦ ਨਹੀਂ ਕਰਾਂਗੇ। ਅਸੀਂ 2024 ਤੱਕ ਦਾ ਵੀ ਮਥਿਆ ਹੈਗਾ ਵੀ 2024 ਤੱਕ ਲੈ ਕੇ ਜਾਵਾਂਗੇ, ਔਰ ਆਲ ਇੰਡੀਆ 'ਚ ਇਸ ਨੂੰ ਫੈਲਾਵਾਂਗੇ, ਜਿੰਨਾ ਵੀ ਸਾਥੋਂ ਜ਼ੋਰ ਲੱਗਿਆ ਉਹਨਾਂ ਲਾਵਾਂਗੇ। ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।